वाणी हर हर तेरी सुन सुन होवे परम गत मेरी सुन सुन होवे परम गत मेरी। फतेह प्रवान करो वाहिगुरु जी का खालसा वाहिगुरु जी की फतेह। 52 अखरी दा 34वां श्लोक अते एक पौड़ी। मूल श्लोक है, दास हैं एक निहारे आओ सब किछ देवन हार। एक ओ समा सी जदों मनुख कहिंदा सी कि मैं अपनी मेहनत दे नाल कठा कीता है जो कुछ भी कीता है, जां फिर मेरे अजीज मित्र दा बहुत सारा मिलिया, पर जदों प्रभु दी भगती कीती संगत कीती तो एक गल समझ आई। मैं केड़ी गल? जदों गुरु दा दास बन गया सेवक बन गया तो एक गल मैं देखी, वो है सब कुछ देवन हार। जो कुछ भी मैनू नसीब होया, जो कुछ भी मेरी झोली विच पिया है, वो करते ने दिता, दाते ने दिता है। वो किसी मनुख ने नहीं दिता है, दाते ने दिता है। तो ऐसे प्रभु दा शुकराना मैं किस तरह करा? कहिंदे ने सास सास सिमरत रहे नानक दर्श आधार। तो हर साह दे नाल उहदा शुकराना कर, हर दम दे नाल। साहिब कहिंदे ने दम दम सदा संभाल दा दम ना बिरथा जाए। हर एक दम नाल उसकी संभाल कर, हर दम नाल उसका शुकराना कर, उसकी टेक जीवन विच बना धारण कर। हुण पौड़ी दे विच गुरु साहिब कहिंदे ने ददा अखर जगत दी जोली विच कितना कुछ पा रहा है। ददा अखर पर बोलण विच असी कई दफा कह देने हैं कि ददा अखर तो दवात बन गई, बस ये ददा अखर दवात तक सीमित है। धन गुरु अर्जन देव साहब कहिंदे ने कि ददा अखर दाता दी याद भी तो करा सकता है। तो याद भी वो किस तरह की करा रहा है? कहिंदे ने ददा दाता एक है सब को देवन हार। इस रूहे जमीन ते दाता एक है, नाम भावें उहदे वखरे वखरे ने, वखरे वखरे। तेरे नाम अनेक रूप अनंत कहन न जाए तेरे गुण कहते। कोई राम कह के पुकारदा है, कोई अल्लाह कह के पुकारदा है, कोई आम कह के पुकारदा है, कोई आमीन कह के पुकारदा है, कोई वाहिगुरु कह के पुकारदा है, पर है एक नाम अनंत ने है एक। ते सारियां दी फिर वो संभाल करदा है, सारियां नू दात देंदा है। ददा दाता एक है सब को देवनहार। गरीब दी झोली विच भी ओ ही पा रहा है, अमीर दी झोली विच भी ओ ही पा रहा है। जीव जन सारियां नू रिजक दे रहा है सारे। एक दफा की होया,
ਇੱਕ ਬਾਦਸ਼ਾਹ ਨੇ ਆਪਣੇ ਸ਼ਹਿਰ ਦੇ ਵਿੱਚ ਇਹ ਦਾਅਵਾ ਕੀਤਾ ਹੋਇਆ ਸੀ ਕਿ ਰਿਜ਼ਕ ਮੈਂ ਦਿੰਦਾ ਸਾਰਿਆਂ ਨੂੰ, ਕਿਉਂਕਿ ਹਰ ਇੱਕ ਲੋੜਵੰਦ ਦੀ ਲੋੜ ਪੂਰੀ ਮੈਂ ਕਰਦਾ, ਹਰ ਇੱਕ ਦਾ ਕਾਰੋਬਾਰ ਮੈਂ ਚਲਾਇਆ। ਬਹੁਤ ਚੰਗੀ ਗੱਲ ਹੈ, ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨੀ ਬਹੁਤ ਚੰਗੀ ਗੱਲ ਹੈ, ਅਤੇ ਕਿਸੇ ਦਾ ਕਾਰੋਬਾਰ ਚਲਾ ਦੇਣਾ ਇਹ ਵੀ ਬਹੁਤ ਚੰਗੀ ਗੱਲ ਹੈ, ਕਿਉਂਕਿ ਕੁਝ ਨਾਮੀ ਪੁਰਸ਼ ਕਰਦੇ ਨੇ ਇਸ ਤਰ੍ਹਾਂ। ਜੇ ਤੇਰਾ ਕਾਰੋਬਾਰ ਠੀਕ ਨਹੀਂ ਹੈ, ਧਨ ਨਹੀਂ ਹੈ, ਮੈਂ ਤੈਨੂੰ ਧਨ ਦੇਣਾ, ਕਾਰੋਬਾਰ ਸ਼ੁਰੂ ਕਰ ਲਿਆ, ਫਿਰ ਮੈਨੂੰ ਮੋੜ ਦੇਣਾ। ਜੇ ਤੂੰ ਲੋੜਵੰਦ ਹੈ, ਮੇਰੇ ਕੋਲ ਬਹੁਤ ਧਨ ਪਿਆ ਹੈ, ਮੈਂ ਤੇਰੀ ਲੋੜ ਪੂਰੀ ਕਰ ਦਿੰਦਾ, ਕਿਉਂਕਿ ਇਹ ਵੀ ਭਗਤੀ ਹੈ। ਅਤੇ ਭਗਤੀ ਉਦੋਂ ਜਦੋਂ ਹੰਕਾਰ ਨਾ ਹੋਵੇ ਕਿ ਮੈਂ ਤੇਰੀ ਮਦਦ ਕੀਤੀ, ਮੈਂ ਤੇਰਾ ਕਾਰੋਬਾਰ ਚਲਾਇਆ, ਕਹਿੰਦੇ ਨੇ ਹੰਕਾਰ ਆ ਗਿਆ, ਸਭ ਕੁਝ ਖਤਮ ਹੋ ਗਿਆ। ਅਤੇ ਉਹ ਬਾਦਸ਼ਾਹ ਲੋੜ ਪੂਰੀ ਕਰਦਾ ਸੀ ਪਰ ਨਾਲ ਕਹਿ ਵੀ ਦਿੰਦਾ ਸੀ ਮੈਂ ਦੇ ਰਹੀ ਹਾਂ ਰਿਜ਼ਕ ਸਾਰਿਆਂ ਨੂੰ। ਹੁਣ ਧਿਆਨ ਦੇਣਾ, ਇੱਕ ਫਕੀਰ ਉੱਥੇ ਪਹੁੰਚ ਜਾਂਦਾ ਹੈ ਔਰ ਫਕੀਰ ਕਹਿੰਦਾ ਹੈ ਮਹਾਰਾਜ ਮੈਂ ਇੱਕ ਛੋਟੀ ਜਿਹੀ ਝੌਂਪੜੀ ਬਣਾਈ ਹੈ ਅਤੇ ਉਹਦੇ ਵਿੱਚੋਂ ਮੈਂ ਗ੍ਰਹਿ ਪ੍ਰਵੇਸ਼ ਕਰਨਾ ਹੈ ਅਤੇ ਪਹਿਲਾਂ ਤੁਸੀਂ ਕਦਮ ਰੱਖੋ ਅਤੇ ਭੋਜਨ ਮੇਰੇ ਝੌਂਪੜੀ ਵਿੱਚ ਹੀ ਛਕੋ। ਬਾਦਸ਼ਾਹ ਕਹਿੰਦਾ ਹੈ ਗ੍ਰਹਿ ਪ੍ਰਵੇਸ਼ ਕਰਨਾ ਹੈ, ਕਦਮ ਤਾਂ ਮੈਂ ਰੱਖ ਸਕਦਾ ਪਰ ਭੋਜਨ ਨਹੀਂ ਛਕਾ। ਉਹ ਇਸ ਕਰਕੇ ਕਿ ਪੂਰਾ ਸ਼ਹਿਰ ਮੇਰਾ ਦਿੱਤਾ ਹੋਇਆ ਖਾ ਰਿਹਾ ਹੈ, ਮੈਂ ਤੇਰੇ ਘਰ ਕਿਸ ਤਰ੍ਹਾਂ ਖਾਵਾਂ। ਫਕੀਰ ਕਹਿੰਦਾ ਹੈ ਕੋਈ ਗੱਲ ਨਹੀਂ, ਭੋਜਨ ਨਹੀਂ ਛਕਣਾ ਨਾ ਸਹੀ ਪਰ ਚਰਨ ਤਾਂ ਪਾਓ। ਜਿਵੇਂ ਚੌਂਪੜੀ ਦੇ ਵਿੱਚ ਕਦਮ ਰੱਖਿਆ ਅਤੇ ਫਕੀਰ ਨੇ ਉਹਦੇ ਹੱਥ ਵਿੱਚ ਹਥੌੜੀ ਫੜਾ ਦਿੱਤੀ, ਕਹਿਣ ਲੱਗੇ ਮਹਾਰਾਜ ਇਸ ਸਿਲਾ 'ਤੇ ਚੋਟ ਮਾਰੋ, ਗ੍ਰਹਿ ਪ੍ਰਵੇਸ਼ ਦੀ ਇਹ ਮਰਿਆਦਾ ਹੈ। ਜਦੋਂ ਉਸ ਸਿਲਾ 'ਤੇ ਚੋਟ ਮਾਰਦਾ ਹੈ, ਸਿਲਾ ਟੁੱਟਦੀ ਹੈ ਅਤੇ ਅੰਦਰ ਇੱਕ ਕੀੜਾ ਬੈਠਾ ਹੋਇਆ ਹੈ, ਉਹਦੇ ਮੁੱਖ ਵਿੱਚ ਰਿਜ਼ਕ ਹੈ ਉਹਦਾ। ਫਕੀਰ ਉਸਨੂੰ ਦੇਖਦਾ ਹੈ, ਬਾਦਸ਼ਾਹ ਵੀ ਉਸਨੂੰ ਦੇਖਦਾ ਹੈ ਔਰ ਫਕੀਰ ਕਹਿੰਦਾ ਹੇ ਰਾਜਨ ਤੂੰ ਧਨ ਹੈ, ਧਨ ਤੂੰ ਸਾਰੇ ਸ਼ਹਿਰ ਨੂੰ ਤਾਂ ਰੋਜ਼ੀ ਦਿੰਦਾ ਹੈ ਪਰ ਇਸ ਜੀਵ ਨੂੰ ਵੀ ਰੋਜ਼ੀ ਤੂੰ ਦੇ ਰਿਹਾ ਹੈ, ਤੂੰ ਦੇ ਰਿਹਾ। ਫਿਰ ਪੱਥਰ ਦੇ ਵਿੱਚ ਤੂੰ ਕਿਸ ਤਰ੍ਹਾਂ ਬੰਦੋਬਸਤ ਕੀਤਾ ਹੈ, ਤੂੰ ਧਨ ਹੈ। ਬਾਦਸ਼ਾਹ ਨੂੰ ਸ਼ਰਮਿੰਦਗੀ ਮਹਿਸੂਸ ਹੋਈ, ਕਹਿਣ ਲੱਗੇ ਇਸਨੂੰ ਤਾਂ ਮੈਂ ਨਹੀਂ ਦਿੰਦਾ। ਫਕੀਰ ਕਹਿੰਦਾ ਫਿਰ ਕੌਣ ਦਿੰਦਾ ਹੈ? ਬਾਦਸ਼ਾਹ ਕਹਿੰਦਾ ਇਸਨੂੰ ਖੁਦਾ ਦੇ ਰਿਹਾ ਹੈ, ਪਰਮਾਤਮਾ ਦੇ ਰਿਹਾ। ਹੇ ਰਾਜਨ ਜੇ ਇਸ ਨੂੰ ਪਰਮਾਤਮਾ ਦੇ ਰਿਹਾ ਹੈ ਫਿਰ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਪਰਮਾਤਮਾ ਦੇ ਰਿਹਾ, ਸਾਰੇ ਜਗਤ ਨੂੰ ਪਰਮਾਤਮਾ ਦੇ ਰਿਹਾ ਹੈ। ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰਦਾ ਰਿਹਾ। ਤਾਂ ਅੱਜ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਦੱਦਾ ਦਾਤਾ ਏਕ ਹੈ ਸਭ ਕਉ ਦੇਵਨ ਹਾਰ, ਦੇਂਦੇ ਤੋਟ ਨ ਆਵਈ ਅਗਨਤ ਭਰੇ ਭੰਡਾਰ। ਧਰਤੀ ਵਿੱਚੋਂ ਕਿਤਨਾ ਜਲ ਕੱਢਿਆ ਜਾ ਰਿਹਾ ਹੈ, ਕਿਤਨੇ ਖਣਿਜ ਕੱਢੇ ਜਾ ਰਹੇ ਨੇ, ਕਿਤਨਾ ਤੇਲ ਕੱਢਿਆ ਜਾ ਰਿਹਾ, ਕਿਤਨੇ ਪੱਥਰ ਕੱਢੇ ਜਾ ਰਹੇ ਨੇ, ਕਿਤਨੇ ਤਾਂਬਾ, ਕਿਤਨਾ ਲੋਹਾ। ਪਰ ਕੋਈ ਇਹ ਨਹੀਂ ਕਹਿ ਸਕਦਾ ਕਿ ਧਰਤੀ ਨੇ ਕਹਿ ਦਿੱਤਾ ਹੁਣ ਪਾਣੀ ਮੁੱਕ ਗਿਆ, ਨਹੀਂ ਮੁੱਕਿਆ। ਕਿ ਧਰਤੀ ਵਿੱਚੋਂ ਪੈਟਰੋਲ ਅਤੇ ਡੀਜ਼ਲ ਮੁੱਕ ਗਿਆ, ਨਹੀਂ ਮੁੱਕਿਆ। ਕਿ ਧਰਤੀ ਵਿੱਚੋਂ ਖਣਿਜ ਨੇ ਮੁੱਕ ਗਏ ਨੇ, ਨਹੀਂ ਮੁੱਕੇ। ਹੁਣ ਮਨੁੱਖ ਇੱਥੇ ਹੀ ਹੈਰਾਨਕੁੰਨ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਇਸ ਵਿਸਮਾਦ ਮੰਡਲ ਵਿੱਚ ਪਹੁੰਚ ਜਾਂਦਾ ਹੈ
कि उस दाते ने कितना को पानी धरती विच पाया कि खत्म ही नहीं हो रहा, बस इसे प्यार विच मस्त हो जाता है। कितना तेल कढ़िया जा रहा है कदे खत्म ही नहीं हो रहा, हैरान हो जाएगा। बस हैरान होना ही समझ लेना कि प्रभु दे नाल प्रेम उत्पन्न हो गया। मैं हैरान हाँ कितना खनिज कढ़िया जा रहा है। और फिर ये भी नहीं कि परमात्मा रोज़ रोज़ धरती विच पानी पाता है, पेट्रोल पाता है, डीजल पाता है, तो खलकत कढ़ दी है, ऐसा भी नहीं है। जो कुछ पाया तो एक बार, जो कुछ पा दिता इक्को ही बार, इक्को ही बार। जे धरती दे विच पानी पाया इक्को दफा पा दिता है कढ़ी जाओ, इक्को दफा तेल पा दिता है कढ़ी जाओ, ते नामी पुरुष तां इत्थे ही मस्त हो जाता है। दैन हार सद जीवन हारा, जो दे रहा है वो सद जीवन हार है। पिता कदे कदे कह देंदा है पुत्र नूं कि जदों तक मैं हाँ तैनों मैं कमा के खिला सकदा, मेरे तो बाद की करेगा। बराबरा नूं कह देंदा है जदों तक मैं जीवित हाँ तैन कमा के खिलावांगा, मेरे बाद तेरा की होवेगा। गल ठीक भी है, पर कहिंदे ने हे प्राणी तू करते नू अपने चित विच बिठा, क्योंकि ओ दाता एक ऐसा है जो सद जीवन हार, सद जीवन हार। ओ जुगां जुगां तो चलदा आ रहा है और ओदी कदे मौत नहीं हुई, क्योंकि मौत उस दी आउंदी है जिहदा जन्म होया है। जिसका जन्म होया है फिर उसका पिता भी होगा, उसकी माँ भी होगी। और जिसका जन्म होया है उसकी माँ भी है, पिता भी है, तो कहिंदे ने फिर पुत्र अपने पिता तो वड्डा नहीं हो सकता, माँ तो वड्डा नहीं हो सकता, फिर पुत्र तो पुत्र ही है। हुण जेकर कह दईए कि परमात्मा का भी जन्म होया तो धन गुरु ग्रंथ साहब महाराज की कहिंदे ने कि वह रसना ही जल जाए जो कहिंदा है ठाकुर जोनी। तो उसकी ना माँ है ना पिता है, ना ताते ना माते, ना जाते ना पाते, निरसाकं शरीक है। ना ओदी माँ है ना ओदा पिता है, ना ओ जन्म विच है ना जन्मं ना मरणं, जन्म विच भी नहीं है मरण विच भी नहीं, फिर की है वो। कहिंदे ने आद तो सच है, जुगाद तो सच है, अज भी सच है, कल भी सच होगा। हुण जदों ओ सद जीवन हार है ते मनुख नूं एक गल कह दित्ती, जरा ध्यान देना। साहिब कहिंदे ने मन मूरख क्यों ताहे बिसारा, हे मन मूरख तो उसनों क्यों पुला के बैठा है। मन दे विच विचार हन चंगे मंदे, इन्हां दा जो जोड़ है बस उसे नूं ही मन कहिंदे ने, विचारां दा जोड़। हुण इन्हां विचारां दे विच पंजा पंजा सालां दी गल याद है, इन्हां विचारां दे विच दादे परदादे दी चलदी आ रही दुश्मनी गुस्ताखी माफ याद है इस मन दे विच। एक बुजुर्ग कहिंदा है अपने पुत्र नूं कि पुत्र एक गल दस, इस वार फसल कितनी होई है। कहन लगे बापू इस वार जितनी फसल हुई है शायद मेरे ख्याल दे विच कदे भी नहीं हुई है, इतनी कमाल दी फसल हुई। ते बुजुर्ग की कहंदा है, कहंदा है फिर तैयारी कर ले, मेरे परदादे नूं अपने पड़ोसी दे परदादे ने मारिया सी,
ਧਿਆਨ ਦੇਣਾ, ਮੇਰੇ ਪੜਦਾਦੇ ਨੂੰ ਪੜੋਸੀ ਦੇ ਪੜਦਾਦੇ ਨੇ ਕਤਲ ਕੀਤਾ ਸੀ, ਹੁਣ ਤੂੰ ਵੀ ਤਿਆਰੀ ਕਰ ਲਿਆ, ਉਸਦਾ ਵੀ ਕਤਲ ਕਰਨਾ ਹੈ। ਜੇ ਫਸਲ ਚੰਗੀ ਹੋਈ ਹੈ ਤਾਂ ਫਿਰ ਇਹ ਕੰਮ ਕਰਨੇ। ਕਹਿਣ ਤੋਂ ਮੁਰਾਦ ਪੜਦਾਦੇ ਦੀ ਦੁਸ਼ਮਣੀ ਅੱਜ ਤੱਕ ਪੋਤਰੇ ਪੜਪੋਤਰੇ ਨੂੰ ਯਾਦ ਹੈ, ਪਰ ਕੱਲ੍ਹ ਦੀ ਕਥਾ ਯਾਦ ਨਹੀਂ ਹੋਵੇਗੀ, ਗੁਸਤਾਖੀ ਮਾਫ, ਅੱਜ ਦਾ ਹੁਕਮਨਾਮਾ ਯਾਦ ਨਹੀਂ ਹੋਵੇਗਾ, ਮਨ ਵਿੱਚ ਵਿਸਰ ਗਿਆ ਹੈ, ਰੱਬ ਵਿਸਰ ਗਿਆ। ਜੋ ਰੋਜ਼ ਦੇਈ ਜਾ ਰਿਹਾ ਹੈ, ਰੋਜ਼ ਸਾਹਮਣੇ ਬੈਠਾ ਹੈ, ਰੋਜ਼ ਰੱਖਿਆ ਕਰਦਾ, ਉਹ ਵਿਸਰ ਗਿਆ। ਦਾਦੇ ਪੜਦਾਦੇ ਤਾਂ ਫਿਰ ਵੀ ਚਲੇ ਗਏ, ਉਹ ਚੇਤੇ ਹਨ, ਰੱਬ ਕੋਲ ਬੈਠਾ ਹੈ, ਉਹ ਚੇਤੇ। ਸ਼ੇਖ ਸ਼ਾਦੀ ਸਾਹਿਬ ਕਹਿੰਦੇ ਸਨ ਕਿ ਮੇਰੀ ਗਲਵਕੜੀ ਵਿੱਚ ਖੁਦਾ ਬੈਠਾ ਹੈ, ਪਰ ਮੇਰੀ ਬਦਕਿਸਮਤੀ ਹੈ, ਮੈਂ ਭੁੱਲ ਗਿਆ, ਭੁੱਲ ਗਿਆ। ਹੇ ਮਨ, ਤੂੰ ਆਪਣੇ ਵਿਚਾਰਾਂ ਦੇ ਮੁਤਾਬਿਕ ਤੁਰਦਾ ਹੈ, ਤੂੰ ਰੱਬ ਨੂੰ ਕਿਉਂ ਨਹੀਂ ਗਾਉਂਦਾ? ਪਰ ਅਗਾਂਹ ਚੱਲ ਕੇ ਕੀ ਕਹਿੰਦੇ ਨੇ, ਮਨੁੱਖ ਦੀ ਗੱਲ ਕਰਕੇ ਵੀ ਗੁਰੂ ਸਾਹਿਬ ਜੀ ਤੁਹਾਡਾ ਪੱਖ ਲੈ ਰਹੇ ਨੇ, ਜਗਤ ਦਾ ਪੱਖ ਲੈ ਰਹੇ ਨੇ, ਮਖਲੂਕ ਦਾ ਪੱਖ ਲੈ ਰਹੇ ਨੇ। ਕਹਿੰਦੇ ਨੇ, ਹੇ ਪ੍ਰਭੂ, ਦੋਸ਼ ਨਹੀਂ ਕਾਹੂ ਕੌ ਬੀਤਾ। ਹੇ ਮੇਰੇ ਮਿੱਤਰ, ਦੋਸ਼ ਕਿਸ ਨੂੰ ਦਈਏ, ਕਿਸ ਨੂੰ ਦਈਏ? ਕਿਉਂਕਿ ਇਹ ਜਿਤਨੀ ਵੀ ਮਾਇਆ ਬਣਾਈ ਹੈ, ਇਹ ਤੂੰ ਹੀ ਬਣਾਈ ਹੈ। ਇਹ ਜਿਤਨਾ ਵੀ ਮੋਹ ਪਾਇਆ, ਇਹ ਤੂੰ ਹੀ ਪਾਇਆ। ਇਹ ਜਿਤਨਾ ਵੀ ਬੰਧਨ, ਇਹ ਤੂੰ ਹੀ ਪਾਇਆ। ਅਤੇ ਫਿਰ ਦੋਸ਼ ਕਿਸ ਨੂੰ ਦਈਏ, ਕਿਸ ਨੂੰ ਦਈਏ? ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਗੱਲ, ਸਮਝ ਆਵੇ। ਜਾਨਵਰਾਂ ਦੇ ਵਿੱਚ ਇੱਕ ਐਸੀ ਪ੍ਰਵਿਰਤੀ ਹੈ, ਜਦੋਂ ਉਹਦਾ ਬੱਚਾ ਸਿਆਣਾ ਹੋਇਆ, ਉਸ ਤੋਂ ਪਹਿਲਾਂ ਮਾਂ ਉਸਦੀ ਸੰਭਾਲ ਵੀ ਕਰਦੀ, ਉਸਨੂੰ ਦੇਖਦੀ ਵੀ, ਉਸਨੂੰ ਪਿਆਰ ਵੀ ਕਰਦੀ ਹੈ, ਦੁੱਧ ਵੀ ਪਿਲਾਉਂਦੀ ਹੈ। ਜਦੋਂ ਬੱਚਾ ਸਿਆਣਾ ਹੋ ਗਿਆ, ਮਾਂ ਉਸਨੂੰ ਭੁੱਲ ਜਾਂਦੀ ਹੈ ਅਤੇ ਬੱਚਾ ਵੀ ਭੁੱਲ ਜਾਂਦਾ ਹੈ। ਇੱਕ ਹੋਰ ਇੱਕ ਅਜੀਬ ਖੇਡ ਵੇਖੀ ਮੁਰਗੀ ਦੀ, ਜਦੋਂ ਉਹਦੇ ਛੋਟੇ ਛੋਟੇ ਚੂਚੇ ਬੱਚੇ ਉਹਦੇ ਨਾਲ ਨੇ, ਅਤੇ ਉੱਪਰੋਂ ਆਕਾਸ਼ ਤੋਂ ਉੜਦਾ ਹੋਇਆ ਕਾਂ ਕੋਸ਼ਿਸ਼ ਕਰਦਾ ਮੈਂ ਇੱਕ ਚੂਚਾ ਲੈ ਜਾਵਾਂ, ਜਿਵੇਂ ਹੀ ਉਸਨੇ ਚਪੱਟਾ ਮਾਰਿਆ ਕਾਂ ਨੇ, ਮੁਰਗੀ ਵੀ ਉੜਦੀ ਹੈ ਅਤੇ ਉਸਨੂੰ ਪਕੜ ਲੈਂਦੀ ਹੈ ਔਰ ਆਪਣੇ ਬੱਚੇ ਨੂੰ ਛੁਡਾ ਕੇ ਲਿਆਈ ਹੈ, ਛੋਟਾ ਜਿਹਾ ਚੂਚਾ। ਹੁਣ ਜਿਵੇਂ ਜਿਵੇਂ ਉਹ ਚੂਚੇ ਵੱਡੇ ਹੋਏ ਨੇ, ਸਿਆਣੇ ਹੋਏ ਨੇ, ਅਤੇ ਮੁਰਗੀ ਨੂੰ ਫਿਰ ਉਸ ਹਾਲਤ ਵਿੱਚ ਦੇਖਿਆ ਕਿ ਆਪ ਜਾ ਕੇ ਛਿਪ ਜਾਂਦੀ ਹੈ, ਉਹਦੇ ਬੱਚੇ ਆਪਣੀ ਮਾਂ ਨੂੰ ਲੱਭਦੇ ਨੇ ਪਰ ਉਹ ਛਿਪ ਜਾਂਦੀ ਹੈ। ਕਿਤਨੀ ਦੇਰ ਲਈ ਛਿਪਦੀ ਹੈ? ਵੱਧ ਤੋਂ ਵੱਧ 2 ਮਿੰਟ ਲਈ ਛਿਪਦੀ ਹੈ, ਬੱਚੇ ਫਿਰ ਕੁਰਲਾਉਂਦੇ ਨੇ, ਮਾਂ ਕਿੱਥੇ ਗਏ, ਪੁਕਾਰਦੇ ਨੇ, ਮੁਰਗੀ ਫਿਰ ਸਾਹਮਣੇ ਆ ਗਈ। ਥੋੜ੍ਹੀ ਦੇਰ ਹੋਰ ਉਹਨਾਂ ਦੇ ਨਾਲ ਕਲੋਲ ਕਰਦੀ ਹੈ, ਫਿਰ ਛਿਪ ਜਾਂਦੀ ਹੈ 2 ਮਿੰਟ 3 ਮਿੰਟ, ਤਾਂ ਫਿਰ ਅਸੀਂ ਕਹਿੰਦੇ ਸੀ ਹੁਣ ਇਹ ਮੁਰਗੀ ਆਪਣੇ ਬੱਚਿਆਂ ਨੂੰ ਵਿਛੋੜਾ ਦੇ ਰਹੀ ਹੈ। ਔਰ ਵਾਕਈ ਉਹ ਮੁਰਗੀ ਵਿਛੋੜਾ ਦਿੰਦੀ ਹੈ, ਫਿਰ ਬੱਚਿਆਂ ਨੂੰ ਨਹੀਂ ਮਿਲਦੀ, ਫਿਰ ਕੁਦਰਤ ਦੇ ਮੁਤਾਬਿਕ ਫਿਰ ਦੂਜੇ ਬੱਚੇ ਹੁੰਦੇ ਨੇ। ਮੁਕਦੀ ਗੱਲ ਇਹ ਕਿ ਪਸ਼ੂ ਅਤੇ ਪੰਛੀ ਅਤੇ ਜਾਨਵਰ ਆਪਣੇ ਬੱਚਿਆਂ ਦਾ ਮੋਹ ਇਤਨਾ ਨਹੀਂ ਰੱਖਦੇ ਜਿਤਨਾ ਮਨੁੱਖ ਰੱਖਦਾ ਹੈ। ਸਾਰੀ ਜ਼ਿੰਦਗੀ ਮੋਹ ਦੇ ਵਿੱਚ ਫਸਿਆ ਰਹਿੰਦਾ, ਸਾਰੀ ਜ਼ਿੰਦਗੀ। ਔਰ ਗੁਸਤਾਖੀ ਮਾਫ, ਬੱਚੇ ਇਹ ਵੀ ਕਹਿ ਦਿੰਦੇ ਨੇ ਆਪਣੇ ਮਾਂ ਬਾਪ ਨੂੰ, ਬਜ਼ੁਰਗਾਂ ਨੂੰ, ਕਿ ਤੁਹਾਨੂੰ ਕੁਛ ਪਤਾ ਵੀ ਨਹੀਂ ਹੈ, ਤੁਹਾਨੂੰ ਅਕਲ ਵੀ ਨਹੀਂ ਹੈ, ਇਤਨੀ ਸਮਝ ਸਾਨੂੰ ਹੈ ਤੁਹਾਨੂੰ ਨਹੀਂ ਹੈ, ਫਿਰ ਵੀ ਮਾਂ ਬਾਪ ਕਹਿੰਦੇ ਨੇ ਸਾਡਾ ਪੁੱਤਰ, ਸਾਡਾ ਬੱਚਾ। ਜੇ ਉਹ ਨਹੀਂ ਵੀ ਪੁੱਛਦੇ
ਤਾਂ ਵੀ ਮਾਂ ਬਾਪ ਕਹਿੰਦੇ ਨੇ ਸਾਡਾ ਹੈ, ਕਿਉਂਕਿ ਕਰਤੇ ਨੇ ਮੋਹ ਪਾਇਆ ਹੈ ਨਿਰੰਕਾਰ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਮਹਾਰਾਜ, ਮਾਇਆ ਮੋਹ ਬੰਦ ਪ੍ਰਭ ਕੀਤਾ, ਇਹ ਪ੍ਰਭੂ ਨੇ ਤਾਂ ਬਣਾਇਆ ਹੈ। ਮਾਇਆ ਮੋਹ ਇਹ ਸਭ ਕੁਛ ਜਿਤਨਾ ਬੰਧਨ ਹੈ ਇਹ ਤੋਂ ਹੀ ਬਣਾਇਆ। ਪਰ ਹਾਂ ਇੱਕ ਗੱਲ ਹੈ, ਕਿਹੜੀ ਗੱਲ? ਦਰਦ ਨਿਵਾਰੇ ਜਾਂ ਕੈਂ ਆਪੇ। ਜੋ ਮੋਹ ਹੈ ਇਹ ਅੰਦਰ ਦਰਦ ਪੈਦਾ ਕਰਦਾ ਹੈ। ਜੇ ਆਪ ਜੀ ਦਾ ਬੱਚਾ ਇੱਕ ਘੜੀ ਲੇਟ ਹੋ ਗਿਆ, ਘਰ ਨਹੀਂ ਆਇਆ, ਆਪ ਜੀ ਦੀ ਚੇਤਨਾ ਉੱਥੇ ਹੀ ਹੈ, ਫਿਰ ਕਿਤਨੇ ਸਵਾਲ ਉਤਪੰਨ ਹੋ ਜਾਂਦੇ ਨੇ, ਸ਼ੁਰੂ ਹੋ ਜਾਂਦੇ ਨੇ, ਕਿਤਨੇ ਵਿਚਾਰ ਸ਼ੁਰੂ ਹੋ ਜਾਂਦੇ ਨੇ ਕਿ ਇਹ ਵੀ ਹੋ ਸਕਦਾ ਹੈ, ਇਹ ਖੇਡ ਵੀ ਹੋ ਸਕਦੀ ਹੈ, ਅੱਜ ਪੁੱਤਰ ਕਿਉਂ ਨਹੀਂ ਆਇਆ, ਅੱਜ ਬੇਟੀ ਕਿਉਂ ਨਹੀਂ ਆਈ ਛੇਤੀ। ਅਤੇ ਫਿਰ ਅੰਤੇ ਕਰਨ ਦੇ ਵਿੱਚ ਦਰਦ ਹੁੰਦਾ ਹੈ, ਦੁੱਖ ਹੁੰਦਾ ਹੈ, ਦੁੱਖ ਹੁੰਦਾ ਹੈ। ਔਰ ਮਾਂ ਅਤੇ ਪਿਤਾ ਕਦੇ ਕਦੇ ਤਾਂ ਕਹਿ ਵੀ ਦਿੰਦੇ ਨੇ ਬੱਚਿਆਂ ਨੂੰ, ਤੂੰ ਇੱਕ ਘੰਟਾ ਤਾਂ ਲੇਟ ਕੀ ਹੋਇਆ, ਮੇਰਾ ਇੱਕ ਕਿਲੋ ਖੂਨ ਸੁੱਕ ਗਿਆ, ਕਹਿ ਦਿੰਦੇ ਨੇ। ਇਹ ਵੀ ਇੱਕ ਦਰਦ ਹੈ, ਪੀੜਾ ਹੈ। ਹੁਣ ਜੇ ਦੂਜਾ ਬੱਚਾ ਭਾਵੇਂ ਇੱਕ ਦਿਨ, ਇੱਕ ਘੰਟਾ ਤਾਂ ਕੀ, ਭਾਵੇਂ ਇੱਕ ਸਾਲ ਆਪਣੇ ਘਰ ਨਾ ਆਵੇ, ਮਨੁੱਖ ਨੂੰ ਕੋਈ ਚਿੰਤਾ ਨਹੀਂ, ਕਿਉਂਕਿ ਉਹ ਦੂਜਾ ਹੈ, ਇਹ ਆਪਣਾ ਹੈ। ਇੱਥੇ ਮੋਹ ਹੈ, ਉੱਥੇ ਮੋਹ ਨਹੀਂ ਹੈ। ਸਾਹਿਬ ਕਹਿੰਦੇ ਨੇ ਦਰਦ ਨਿਵਾਰੇ ਹੈ ਜਾਂ ਕੈ ਆਪੇ। ਉਹ ਪ੍ਰਭੂ, ਉਹ ਕਰਤਾ ਜਿਨ੍ਹਾਂ ਦਾ ਇਹ ਦਰਦ ਮਿਟਾ ਦੇਵੇ ਮੋਹ ਦਾ, ਉਸਨੂੰ ਉਪਾਧੀ ਮਿਲਦੀ ਹੈ। ਨਾਨਕ ਤੇ ਅਤੇ ਗੁਰਮੁਖ ਦਰਾਪੇ ਕਹਿੰਦੇ ਨੇ, ਹੇ ਨਾਨਕ, ਉਹ ਕੋਈ ਸਧਾਰਨ ਮਨੁੱਖ ਨਹੀਂ ਹੈ, ਉਹ ਗੁਰਮੁਖ ਹੈ, ਉਹ ਬਹੁਤ ਉੱਚਾ ਹੋ ਗਿਆ, ਬਹੁਤ ਉੱਚਾ। ਮੈਂ ਫਿਰ ਅਰਜ ਕਰਾਂ, ਇਹ ਦਰਦ ਕਿਸ ਤਰ੍ਹਾਂ ਮਿਟੇਗਾ? ਕਹਿੰਦੇ ਨੇ ਤੂੰ ਗਾਹ ਸਾਸ ਸਾਸ ਜਪ ਨੀਤ, ਤੂੰ ਹਰ ਵੇਲੇ ਉਸਨੂੰ ਗਾਈ ਜਾ, ਹਰ ਵੇਲੇ ਉਹਦੀ ਇਬਾਦਤ ਕਰੀ ਜਾ ਅਤੇ ਸੰਗਤ ਕਰ, ਅਤੇ ਫਿਰ ਤੇਰੇ ਜੀਵਨ ਵਿੱਚ ਇਹ ਬੰਧਨ ਖਤਮ ਹੋਣਗੇ। ਨਹੀਂ ਤਾਂ ਇਹ ਬੰਧਨ ਮਨੁੱਖ ਨੂੰ ਵਾਰ ਵਾਰ ਖਿੱਚਦੇ ਨੇ ਜ਼ਮੀਨ 'ਤੇ, ਵਾਰ ਵਾਰ ਖਿੱਚਦੇ ਨੇ। ਰੱਸੀ ਨਾਲ ਬੰਨਿਆ ਹੋਇਆ ਪਸ਼ੂ ਕਿਤਨੇ ਦੂਰ ਚਲਾ ਜਾਵੇ, ਅਖੀਰ ਆਉਂਦਾ ਹੈ ਆਪਣੇ ਖਿੱਲੇ ਦੇ ਕੋਲ, ਬੰਨਿਆ ਹੋਇਆ ਹੈ। ਅਤੇ ਗੁਸਤਾਖੀ ਮਾਫ, ਜੇ ਅਸੀਂ ਬੰਨੇ ਹੋਏ ਹਾਂ ਕ੍ਰੋਧ ਨਾਲ, ਮੋਹ ਨਾਲ, ਹੰਕਾਰ ਨਾਲ, ਅਤੇ ਫਿਰ ਜਿਤਨਾ ਵੀ ਅਸੀਂ ਕੁਝ ਜਾਪ ਕਰੀਏ, ਧਰਮ ਕਰਮ ਕਰੀਏ, ਤਾਂ ਮੁੜ ਕੇ ਫਿਰ ਉੱਥੇ ਹੀ ਆਉਣਾ ਹੈ, ਕਿਉਂਕਿ ਬੰਨੇ ਹੋਏ ਹਾਂ ਬੰਧਨ ਵਿੱਚ। ਗੁਰੂ ਨੂੰ ਇਹ ਵੀ ਅਰਦਾਸ ਕਰਨੀ ਹੈ ਕਿ ਮਹਾਰਾਜ ਸਾਡੇ 'ਤੇ ਰਹਿਮਤ ਕਰ, ਸਾਡਾ ਬੰਧਨ ਖਤਮ ਹੋ ਜਾਵੇ। 34ਵਾਂ ਸਲੋਕ ਸੰਪੂਰਨ ਹੋਇਆ। ਪਾਣੀ ਹਰ ਹਰ